ਜੀ ਸਤਿ ਸ਼੍ਰੀ ਅਕਾਲ ਅਤੇ ਨਾਲੇ ਜਿਹੜੀ ਤੁਹਾਡੀ ਹੁਣ ਡਿਊਟੀ ਬਣਦੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ ਇੱਦਾਂ ਉਂਗਲ ਮਾਰ ਕੇ ਨਾਲ ਹੀ ਬੈੱਲ ਆਈਕੋਨ ਬਣਿਆ ਹੋਇਆ ਘੰਟੀ ਜਿਹੀ ਉਹਦੇ 'ਤੇ ਵੀ ਮਾਰ ਦਿਉ ਕਿਉਂਕਿ ਜਦੋਂ ਕੋਈ ਨਵੀਂ ਚੀਜ਼ ਅਸੀਂ ਹੋਰ ਪਾਈ ਤਾਂ ਤੁਹਾਨੂੰ ਨਾਲ ਦੀ ਨਾਲ ਨੋਟੀਫਿਕੇਸ਼ਨ ਆ ਜੂਗੀ ਸੋ ਕਰ ਲਓ ਸਬਸਕ੍ਰਾਈਬ ਕਿ ਮੈਂ ਕੁਛ ਬਣਨੇ ਕੀ ਤਮੰਨਾ ਥੀ ਜ਼ਿੰਦਗੀ ਮੈਂ ਕੁਛ ਬਣਨੇ ਕੀ ਤਮੰਨਾ ਥੀ ਮਜਬੂਰੀਆਂ ਕਹਾਂ ਕਿਸ ਕੀ ਸੁਣਤੀ ਹੈ ਮਜਬੂਰੀਆਂ ਕਹਾਂ ਕਿਸ ਕੀ ਸੁਣਤੀ ਹੈ ਜਿਸ ਕੀ ਕਿਸਮਤ ਅੱਛੀ ਹੋ ਜਿਸ ਕੀ ਕਿਸਮਤ ਅੱਛੀ ਹੋ ਕਾਮਯਾਬੀ ਵੀ ਉਸੀ ਕੋ ਚੁਣਤੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਾਕਾ ਸਿੰਘ ਮੇਰੇ ਬਹੁਤ ਪਰਮ ਮਿੱਤਰ ਪਿਆਰੇ ਮਿੱਤਰ ਪ੍ਰਿੰਸ ਕੁਮਾਰ ਪਟਿਆਲੇ ਵਾਲੇ ਨੇ ਜੋ ਇੱਕ ਰਾਈਟਰ ਹੈ ਉਹਨੇ ਕੁਛ ਲਾਈਨਾਂ ਸਾਂਝੀਆਂ ਕਰਨ ਵਾਸਤੇ ਸਾਡੇ ਚੈਨਲ 'ਤੇ ਭੇਜੀਆਂ ਨੇ ਮੈਂ ਉਹ ਕੁਛ ਲਾਈਨਾਂ ਤੁਹਾਨੂੰ ਪੜ੍ਹ ਕੇ ਸੁਣਾਉਂਦਾ ਹਾਂ ਮੈਂ ਲਾਉਂਦਾ ਵੀ ਦਿਲ ਤੋਂ ਹਾਂ ਮੈਂ ਲਗਾਉਂਦਾ ਵੀ ਦਿਲ ਤੋਂ ਹਾਂ ਅਤੇ ਮੈਂ ਲਗਾਉਂਦਾ ਵੀ ਦਿਲ ਤੋਂ ਹਾਂ ਲੋਕ ਜਾਣਦੇ ਤਾਂ ਬਹੁਤ ਨੇ ਮੈਨੂੰ ਲੋਕ ਜਾਣਦੇ ਤਾਂ ਬਹੁਤ ਨੇ ਮੈਨੂੰ ਪਰ ਸੁੱਖ ਵਿੱਚ ਦੁੱਖ ਵਿੱਚ ਤਾਂ ਆਪਣੇ ਵੀ ਅਣਜਾਣ ਹੋ ਜਾਂਦੇ ਨੇ ਖੁਸ਼ ਕਿਸਮਤ ਸੀ ਮੈਂ ਜਦੋਂ ਉਹ ਮੈਨੂੰ ਮਿਲੀ ਸੋਚਿਆ ਸੀ ਕਦੇ ਨਾਮ ਕਮਾਵਾਂਗਾ ਸੋਚਿਆ ਸੀ ਕਦੇ ਨਾਮ ਕਮਾਵਾਂਗਾ ਜ਼ਿੰਦਗੀ 'ਚ ਕੁਝ ਕਰਕੇ ਦਿਖਾਵਾਂਗਾ ਸੋਚਿਆ ਸੀ ਕਦੇ ਨਾਮ ਕਮਾਵਾਂਗਾ ਜ਼ਿੰਦਗੀ ਵਿੱਚ ਕੁਛ ਕਰਕੇ ਦਿਖਾਵਾਂਗਾ ਮੇਰੀ ਕੀਤੀ ਮਿਹਨਤ ਨੂੰ ਰੱਬ ਭਾਗ ਲਾ ਗਿਆ ਮੇਰੀ ਕੀਤੀ ਮਿਹਨਤ ਨੂੰ ਰੱਬ ਭਾਗ ਲਾ ਗਿਆ ਚੜ੍ਹਦੇ ਸੂਰਜ ਨੂੰ ਹੀ ਸਲਾਮ ਹੁੰਦੀ ਹੈ ਨਹੀਂ ਕਈ ਵਾਰ ਤਾਂ ਆਪਣੇ ਘਰ ਵਿੱਚ ਹੀ ਕਦਰ ਨਹੀਂ ਪੈਂਦੀ ਚੜ੍ਹਦੇ ਸੂਰਜ ਨੂੰ ਹੀ ਸਲਾਮ ਹੁੰਦੀ ਹੈ ਨਹੀਂ ਕਈ ਵਾਰ ਤਾਂ ਆਪਣੇ ਘਰ ਵਿੱਚ ਕਦਰ ਨਹੀਂ ਪੈਂਦੀ ਅੰਦਰੋਂ ਟੁੱਟ ਕੇ ਵੀ ਚਿਹਰੇ 'ਤੇ ਹਾਸੀ ਰੱਖੀ ਹੈ ਅੰਦਰੋਂ ਟੁੱਟ ਕੇ ਵੀ ਮੈਂ ਚਿਹਰੇ 'ਤੇ ਹਾਸੀ ਰੱਖੀ ਹੈ ਕੁਝ ਸਹਿ ਰਹੇ ਹਾਂ ਕੁਝ ਸਹਿਣ ਦੀ ਹਿੰਮਤ ਬਾਕੀ ਰੱਖੀ ਹੈ ਕੁਝ ਸਹਿ ਰਹੇ ਹਾਂ ਕੁਝ ਸਹਿਣ ਦੀ ਹਿੰਮਤ ਬਾਕੀ ਰੱਖੀ ਹੈ ਜਿਨ੍ਹਾਂ ਸਿਰ 'ਤੇ ਗੁੱਡੀ ਚੜ੍ਹੀ ਜਿਨ੍ਹਾਂ ਸਿਰ 'ਤੇ ਗੁੱਡੀ ਚੜ੍ਹੀ ਜਿਹੇ ਯਾਰ ਪੱਕੇ ਨੇ ਇੱਕ ਬੋਲ 'ਤੇ ਜਾਣ ਤੱਕ ਦੇਣ ਅਜਿਹੇ ਜਿਗਰੀ ਯਾਰ ਰੱਖੇ ਨੇ ਜਿਨ੍ਹਾਂ ਸਿਰ 'ਤੇ ਗੁੱਡੀ ਚੜ੍ਹੀ ਅਜਿਹੇ ਯਾਰ ਪੱਕੇ ਨੇ ਇੱਕ ਬੋਲ 'ਤੇ ਜਾਣ ਤੱਕ ਵਾਰ ਦੇਣ ਅਜਿਹੇ ਜਿਗਰੀ ਯਾਰ ਰੱਖੇ ਨੇ ਇਹ ਸਾਰੀਆਂ ਪੰਕਤੀਆਂ ਪ੍ਰਿੰਸ ਪਟਿਆਲੇ ਵਾਲੇ ਨੇ ਲਿਖੀਆਂ ਹੋਈਆਂ ਨੇ ਮੈਂ ਸਾਰੇ ਮਿੱਤਰਾਂ ਨੂੰ ਸਾਰੇ ਸਰੋਤਿਆਂ ਨੂੰ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਸਰੋਤਿਆਂ ਨੂੰ ਬੇਨਤੀ ਕਰਦਾ ਵੀ ਮੇਰਾ ਦੋਸਤ ਪ੍ਰਿੰਸ ਪਟਿਆਲੇ ਵਾਲਾ ਇਸ ਨੂੰ ਸਪੋਰਟ ਕਰੋ ਤੁਹਾਡੀ ਸਪੋਰਟ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦੀ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਅਦਾਬ ਨਮਸਤੇ ਜੇਕਰ ਸੱਚ ਬੋਲਣਾ ਸੱਚ ਲਿਖਣਾ ਬਗਾਵਤ ਹੈ ਤਾਂ ਸਮਝੋ ਅਸੀਂ ਬਾਗੀ ਹਾਂ ਸੱਚ ਅਤੇ ਹੱਕ ਦੀ ਆਵਾਜ਼ ਦੁਨੀਆ ਦੇ ਹਰ ਕੋਨੇ ਕੋਨੇ ਦੀ ਗੱਲ ਪੰਜਾਬ ਟੀਵੀ ਕਰੇਗਾ ਸੱਚ ਦਾ ਖੁਲਾਸਾ ਤੁਸੀਂ ਦੇਖਦੇ ਰਹੋ ਪੰਜਾਬ ਟੀਵੀ ਸੱਚ ਅਤੇ ਹੱਕ ਦੀ ਆਵਾਜ਼